ਮੇਰਾ ਨਾਮ ਹੈ ਜੀ ਕਮਲ ਵਡੇਰਾ ਅਤੇ ਮੈਂ TCY ਗਰੁੱਪ ਜਿਹੜਾ ਹੈਗਾ ਉਹਦਾ ਹੈੱਡ ਹੈਗਾ TCY ਗਰੁੱਪ ਦਾ। ਸਰ DET ਟੈਸਟ ਕੀ ਹੈ ਅਤੇ ਭਾਰਤ ਵਿੱਚ ਕਿਸ ਤਰ੍ਹਾਂ ਦਾ ਇਹਦਾ ਪ੍ਰਭਾਵ ਹੋਵੇਗਾ? DET ਹੈਗਾ ਜੀ ਡੂਓਲਿੰਗੋ ਇੰਗਲਿਸ਼ ਟੈਸਟ, ਅਤੇ ਇਹ ਟੈਸਟ ਵੀ IELTS ਅਤੇ PTE ਵਾਂਗੂ ਇੱਕ ਇੰਟਰਨੈਸ਼ਨਲ ਇੰਗਲਿਸ਼ ਦਾ ਟੈਸਟ ਹੈ। ਅਤੇ ਇਹਦਾ ਹੈੱਡਕੁਆਟਰਡ ਹੈਗੇ ਜੀ, ਇਹਦਾ ਹੈੱਡਕੁਆਟਰ ਹੈਗਾ USA ਦੇ ਵਿੱਚ। ਅਤੇ ਜਿਸ ਤਰ੍ਹਾਂ ਤੁਸੀਂ ਅਕਸਰ ਸੁਣਿਆ ਹੋਣਾ, ਬਹੁਤ ਸਾਰੇ ਸਟੂਡੈਂਟਸ IELTS ਅਤੇ PTE ਦਿੰਦੇ ਆਏ ਨੇ, ਅਤੇ ਇਸ ਤਰ੍ਹਾਂ ਹੀ ਇੱਕ ਇੰਟਰਨੈਸ਼ਨਲ ਟੈਸਟ ਹੈਗਾ ਜਿਹਨੂੰ ਪਾਸ ਕਰਕੇ ਆਪਣੇ ਸਟੂਡੈਂਟਸ ਵਿਦੇਸ਼ਾਂ 'ਚ ਚੰਗੇ ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਜਾ ਕੇ ਪੜ੍ਹਦੇ ਨੇ। ਇਹ ਪਿਛਲੇ ਕੁਛ ਸਾਲਾਂ 'ਚ ਬਹੁਤ ਜ਼ਿਆਦਾ ਪਾਪੂਲਰ ਹੋ ਗਿਆ ਕਿਉਂਕਿ ਇਹ ਛੋਟਾ ਹੈ ਟੈਸਟ, ਅਤੇ ਇਹਦੀ ਫੀਸ ਬਹੁਤ ਘੱਟ ਹੈ, ਅਤੇ ਇਹਨੂੰ ਬਹੁਤ ਸਟੂਡੈਂਟਸ ਜਲਦੀ ਪਸੰਦ ਕਰਨ ਲੱਗ ਗਏ। ਅਤੇ ਹੁਣ ਇੰਡੀਆ ਦੇ ਵਿੱਚ ਇਹ ਮਾਰਕੀਟ ਸ਼ੇਅਰ ਨੂੰ ਹੋਰ ਤੇਜ਼ੀ ਨਾਲ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ DET, ਉਹਦੇ ਮੁਤਲਕ ਇਹਨਾਂ ਨੇ ਸਾਡੇ ਨਾਲ ਪਾਰਟਨਰਸ਼ਿਪ ਕੀਤੀ ਹੈ DET ਨੇ। ਸਰ ਆਕਸਫੋਰਡ ਅਤੇ DET ਵਰਗੀ ਇੰਟਰਨੈਸ਼ਨਲ ਗਰੁੱਪ TCY ਨਾਲ ਕਿਉਂ ਪਾਰਟਨਰਸ਼ਿਪ ਕਰਦੇ ਨੇ? ਦੇਖੋ ਕੀ ਹੁੰਦਾ, ਹੁਣ ਜਿਸ ਤਰ੍ਹਾਂ ਸਾਡੀ ਕੰਪਨੀ ਹੈ, ਸਾਡੀ ਕੰਪਨੀ ਆਲਮੋਸਟ 26 ਸਾਲ ਪੁਰਾਣੀ ਹੈ, ਠੀਕ ਹੈ। ਅਤੇ ਸਾਨੂੰ ਇੰਗਲਿਸ਼ ਟੈਸਟ ਜਿਹੜੇ ਨੇ IELTS ਵਗੈਰਾ PTE ਇਹਦਾ ਬਹੁਤ ਕਾਫੀ ਲੰਬਾ ਐਕਸਪੀਰੀਅੰਸ ਹੋ ਗਿਆ। ਸ਼ਾਇਦ ਇੰਡੀਆ 'ਚ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕੀਤੀ ਸੀ ਪ੍ਰਿਪਰੇਸ਼ਨ ਇਹਦੀ। ਕੀ ਹੋਇਆ, ਲਾਸਟ ਕੁਛ ਸਾਲਾਂ ਦੇ ਵਿੱਚ ਕਿਸੇ ਵੀ ਬੱਚੇ ਨੇ, ਜਿਸ ਤਰ੍ਹਾਂ ਫੋਰ ਐਗਜ਼ਾਮਪਲ ਮੈਂ PTE ਟੈਸਟ ਦੀ ਗੱਲ ਕਰਦਾ, ਪੀਅਰਸਨ ਟੈਸਟ ਆਫ ਇੰਗਲਿਸ਼, ਜਿਹੜੇ ਵੀ ਬੱਚੇ ਨੇ ਟੈਸਟ ਦੇਣਾ, ਸਭ ਤੋਂ ਪਹਿਲਾਂ ਉਹ ਸਾਡੇ ਪਲੇਟਫਾਰਮ 'ਤੇ TCY ਔਨਲਾਈਨ 'ਤੇ ਆ ਕੇ ਜ਼ਰੂਰ ਦੇਖਦਾ ਹੈ ਵੀ ਕੀ ਮਟੀਰੀਅਲ ਹੈਗਾ। ਜੇ ਕੋਈ ਵੀ ਬੱਚਾ, ਖਾਸ ਕਰ ਮੈਂ ਨੌਰਥ ਇੰਡੀਆ ਦੀ ਗੱਲ ਕਰ ਰਿਹਾ, ਕਿਸੇ ਵੀ ਕੋਚਿੰਗ ਸੈਂਟਰ 'ਚ ਉਹਨੇ ਤਿਆਰੀ ਕਰਨ ਜਾਣਾ ਹੈ PTE ਦੀ, ਉਹਨੇ ਸਭ ਤੋਂ ਪਹਿਲਾਂ ਜਾ ਕੇ ਕਾਉਂਸਲਰ ਨੂੰ ਇਹ ਪੁੱਛਣਾ ਹੈ ਜੀ ਤੁਸੀਂ ਸੋਫਟਵੇਅਰ ਟੈਸਟ TCY ਦਾ ਯੂਜ਼ ਕਰਦੇ ਹੋ। ਉੱਥੇ ਹੀ ਬੱਚੇ ਜੁਆਇਨ ਕਰਦੇ ਹੈ ਕਿਉਂਕਿ ਓਵਰ ਦਾ ਈਅਰਸ ਜਿਹੜਾ ਅਸੀਂ ਇੰਨਾ ਔਥੈਂਟਿਕ ਮਟੀਰੀਅਲ ਜਿਹੜਾ ਬਣਾਇਆ, ਬਿਲਕੁਲ ਸਿਮੂਲੇਟਡ, ਮਤਲਬ ਜੇ ਬੱਚੇ ਦਾ 60 something ਸਕੋਰ ਉੱਥੇ ਆ ਰਿਹਾ ਤਾਂ 60 something ਹੀ ਉੱਥੇ ਆਊਗਾ, ਠੀਕ ਹੈ ਨਾ, ਐਗਜੈਕਟ ਸਕੋਰ 'ਤੇ। ਇਸ ਲਈ ਬੱਚਿਆਂ ਨੂੰ ਬਹੁਤ ਜ਼ਿਆਦਾ ਭਰੋਸਾ ਹੋ ਗਿਆ ਲਾਸਟ ਕੁਛ ਸਾਲਾਂ ਦੇ ਵਿੱਚ। ਇਸ ਕਰਕੇ ਤੁਸੀਂ ਜਿੰਨੇ ਵੀ ਪ੍ਰੋਮੀਨੈਂਟ ਕੋਚਿੰਗ ਸੈਂਟਰਸ ਨੇ ਹਰ ਸ਼ਹਿਰ ਦੇ ਵਿੱਚ, ਤੁਸੀਂ ਦੇਖੋਗੇ ਉੱਥੇ TCY ਦਾ ਪੀਅਰਸਨ ਟੈਸਟ ਚੱਲ ਰਿਹਾ ਹੈਗਾ, ਠੀਕ ਹੈ। ਅਤੇ ਕਿਉਂਕਿ IELTS ਹਲੇ ਔਨਲਾਈਨ ਨਹੀਂ ਹੈ, ਨਹੀਂ ਤਾਂ ਔਨਲਾਈਨ ਵੀ ਉੱਥੇ ਵੀ ਚੱਲ ਰਿਹਾ ਹੁੰਦਾ। ਅਤੇ ਇਹ ਦੇਖਦੇ ਹੋਏ ਫਿਰ ਅਸੀਂ ਜਦੋਂ ਦੇਖਿਆ ਕਿ ਹੁਣ ਟ੍ਰੈਂਡ ਦੇਖਿਆ ਕਿ ਪਿਛਲੇ ਕੁਛ ਮਹੀਨਿਆਂ ਦੇ ਵਿੱਚ ਜਾਂ ਇੱਕ ਸਾਲ ਦੇ ਵਿੱਚ DET ਕਾਫੀ ਪਾਪੂਲਰ ਹੁੰਦਾ ਜਾ ਰਿਹਾ ਬੱਚਿਆਂ 'ਚ, ਅਤੇ ਮਟੀਰੀਅਲ ਬਹੁਤ ਡਿਮਾਂਡ ਕਰ ਰਹੇ ਹਾਂ ਕੋਚਿੰਗ ਸੈਂਟਰਸ ਵੀ ਅਤੇ ਬੱਚੇ ਵੀ। ਫਿਰ ਅਸੀਂ ਇਹਨਾਂ ਦੇ ਨਾਲ ਇਨ ਟੱਚ ਹੋਏ ਵੀ ਇਸ ਤਰ੍ਹਾਂ ਸਾਨੂੰ ਆਹ ਸਕੋਪ ਦਿਖ ਰਿਹਾ, ਅਤੇ ਇਤਫਾਕਨ ਕੀ ਹੈ, ਇੰਸੀਡੈਂਟਲੀ ਉਹ ਕਹਿੰਦੇ ਅਸੀਂ ਵੀ ਪਾਰਟਨਰਸ ਕੁਛ ਇੰਡੀਆ 'ਚ ਦੇਖ ਰਹੇ ਹਾਂ, ਅਤੇ ਇਨਫੈਕਟ ਅੱਛਾ ਹੋ ਗਿਆ ਤੁਸੀਂ ਸਾਨੂੰ ਅਪਰੋਚ ਕਰ ਲਿਆ ਵੀ ਅਸੀਂ ਵੀ ਪਾਰਟਨਰ ਦੇਖ ਰਹੇ ਸੀਗੇ। ਅਤੇ ਆਫਕੋਰਸ ਕਿਉਂਕਿ ਸਾਡਾ ਸਟੂਡੈਂਟ ਬੇਸ ਅਤੇ ਸਾਡਾ ਨੈਟਵਰਕ ਦੇਖਦੇ ਹੋਏ ਉਹਨਾਂ ਦੇ ਨਾਲ ਫਿਰ ਅਸੀਂ ਇਹ ਪਾਰਟਨਰਸ਼ਿਪ ਕੀਤੀ। ਅਤੇ ਇਹ ਪਾਰਟਨਰਸ਼ਿਪ ਦਾ ਖਾਸ ਚੀਜ਼ ਇਹ ਹੈ, ਹੋਈ ਤਾਂ ਕੁਛ ਮਹੀਨੇ ਪਹਿਲਾਂ ਹੋ ਗਈ ਸੀ, ਬਟ ਦੋਨੋਂ ਟੀਮਸ, ਸਾਡੀ ਟੀਮ, ਸਾਡੇ ਕੋਲ ਇੱਕ ਕਾਫੀ ਅੱਛੀ R&D ਦੀ ਟੀਮ ਹੈ, ਕੰਟੈਂਟ R&D ਟੀਮ ਹੈ ਸਾਡੀ ਟੀਮ, ਅਤੇ ਉਹਨਾਂ ਦੀ ਟੀਮ ਉੱਥੇ, ਇਹ ਕਾਫੀ ਮਹੀਨੇ ਪਹਿਲਾਂ, ਮਤਲਬ ਸਮਝ ਲਓ ਸਿਰ ਦੇ ਨਾਲ ਸਿਰ ਜੋੜ ਕੇ ਕੰਮ ਕਰਦੇ ਰਹੇ ਤਾਂ ਕਿ ਬੱਚਿਆਂ ਨੂੰ ਪੂਰਾ ਸਿਮੂਲੇਟਡ ਮਟੀਰੀਅਲ ਹੋਵੇ, ਸਫੀਸ਼ੈਂਟ ਹੋਵੇ। ਸਰ ਪੰਜਾਬ ਤੋਂ ਚੱਲ ਰਹੀਆਂ TCY ਦੀਆਂ ਜਿਹੜੀਆਂ ਭਾਸ਼ਾਵਾਂ ਸਿੱਖਣ ਲਈ ਜਿਹੜੀ ਹੈ ਟੈਕਨੋਲੋਜੀ ਜਿਹੜੀ ਹੈ ਇੰਨੀ ਗਲੋਬਲ ਮਹੱਤਤਾ ਜਿਹੜੀ ਪ੍ਰਾਪਤ ਕੀਤੀ ਹੈ, ਤਾਂ ਇਹ ਜ਼ਿਆਦਾਤਰ ਜਿਹੜੀਆਂ ਕੰਪਨੀਆਂ ਬੈਂਗਲੋਰ ਦੇ ਵਿੱਚ ਜਾਂ ਹੋਰਨਾਂ ਸ਼ਹਿਰਾਂ ਦੇ ਵਿੱਚ ਹੁੰਦੀਆਂ, ਤਾਂ ਕਿਵੇਂ ਦੇਖਦਾ?
ਨਹੀਂ, ਇਹ ਤੁਸੀਂ ਠੀਕ ਕਹਿ ਰਹੇ ਹੋ। ਇੱਕ ਪਰਸੈਪਸ਼ਨ ਹੈਗੀ ਹੈ ਕਿ ਜ਼ਿਆਦਾਤਰ ਇਸ ਤਰ੍ਹਾਂ ਦੀਆਂ ਜੇ ਕੰਪਨੀ ਬਣੂਗੀ ਤਾਂ ਬੈਂਗਲੌਰ ਤੋਂ ਬਣੂਗੀ ਜਾਂ ਹੈਦਰਾਬਾਦ ਤੋਂ ਬਣੂਗੀ। ਸਾਨੂੰ ਸ਼ਾਇਦ ਇਹ ਐਡਵਾਂਟੇਜ ਹੋਇਆ ਕਿ ਅਸੀਂ ਜਿਹੜਾ ਔਨਲਾਈਨ ਵਾਲਾ ਜਦੋਂ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਅਸੀਂ ਕਾਫੀ ਜ਼ਿਆਦਾ ਡੀਪ ਐਜੂਕੇਸ਼ਨ ਦੇ ਵਿੱਚ ਆਲਰੇਡੀ ਟੈਸਟ ਪ੍ਰਿਪਰੇਸ਼ਨ ਸੀਗੇ, ਅਤੇ ਕੀ ਹੋਇਆ ਫਿਰ ਓਵਰ ਦਾ ਈਅਰਸ ਸਾਡੀ ਕਾਫੀ ਅੱਛੀ ਟੀਮ ਬਣਦੀ ਗਈ। ਉਹਦੇ ਵਿੱਚ ਟੈਕੀਸ ਵੀ ਕਾਫੀ ਆਏ, ਅਕੈਡਮਿਕਸ ਤਾਂ ਸਾਡੇ ਕੋਲ ਪਹਿਲਾਂ ਹੀ ਸੀ, ਫਿਰ ਅਸੀਂ ਅਕੈਡਮਿਕ ਰਿਸਰਚ ਵੀ ਉਹਦੇ ਵਿੱਚ ਐਡ ਕੀਤੀ, ਅਤੇ ਹੁਣ ਲਾਸਟ ਕੁਝ ਸਾਲਾਂ ਤੋਂ ਆਰਟੀਫਿਸ਼ਲ ਇੰਟੈਲੀਜੈਂਸ 'ਤੇ ਕੰਮ ਕਰ ਰਹੇ ਹਾਂ। ਅਤੇ ਇਹ ਜਦੋਂ ਵੀ ਇਸ ਤਰ੍ਹਾਂ ਦੇ ਪ੍ਰੋਡਕਟ ਬਣਦੇ ਆ, ਇਹ ਨਹੀਂ ਹੈ ਕਿ ਸਿਰਫ ਕੋਈ ਕੋਡਰ ਬਣਾ ਲੈਣਗੇ, ਠੀਕ ਹੈ, ਐਜੂਕੇਸ਼ਨ ਟੈਕਨੋਲੋਜੀ ਦੇ ਵਿੱਚ ਇਹ 'ਚ ਤੁਹਾਨੂੰ ਉਹ ਲੋਕ ਚਾਹੀਦੇ ਆ ਪਹਿਲਾਂ ਤਾਂ ਜਿਹੜੇ ਅਕੈਡਮਿਕ ਰਿਸਰਚ ਸਮਝਦੇ ਨੇ, ਫਿਰ ਜਿਹੜੇ ਕੰਟੈਂਟ ਸਮਝਦੇ ਨੇ। ਇਹ ਦੋਨਾਂ ਟੀਮਸ ਨੂੰ ਟੈਕੀਜ਼ ਦੇ ਨਾਲ ਮਿਲ ਕੇ ਕੰਮ ਕਰਨਾ ਪੈਂਦਾ, ਫਿਰ ਇਹ ਜੋ ਵੀ ਪ੍ਰੋਡਿਊਸ ਕਰਦੇ ਆ ਪਹਿਲਾਂ ਜਦ ਤੱਕ ਟੀਚਰ ਨਹੀਂ ਵੈਲੀਡੇਟ ਕਰਦਾ ਸਟੂਡੈਂਟਸ ਦੇ ਨਾਲ ਵੀ ਇਹਦੀ ਕੀ ਇਫੈਕਟਿਵਨੈਸ ਹੈ, ਉਦੋਂ ਤੱਕ ਗੱਲ ਨਹੀਂ ਬਣਦੀ। ਅਤੇ ਇਹ ਮਤਲਬ ਮੈਂ ਕੰਪਲੈਕਸ ਤਾਂ ਨਹੀਂ ਕਹੂੰਗਾ, ਬਟ ਕਈ ਜਿਹੜੇ ਸਕਿੱਲਸ ਨੇ ਜਦ ਤੱਕ ਇਹ ਓਵਰਲੈਪਿੰਗ ਸਕਿੱਲਸ ਇੱਕ ਜਗ੍ਹਾ ਔਰਗਨਾਈਜੇਸ਼ਨ 'ਚ ਨਹੀਂ ਹੁੰਦੇ ਅਤੇ ਉਹ ਮਤਲਬ ਬਹੁਤ ਅੱਛਾ ਪ੍ਰੋਡਕਟ ਉਦੋਂ ਤੱਕ ਬਾਹਰ ਨਹੀਂ ਆ ਸਕਦਾ। ਇਹ ਹੈ ਅਸੀਂ ਇੱਥੋਂ ਸ਼ੁਰੂ ਹੋਏ, ਹੁਣ ਸਾਡੀ ਟੀਮ ਹੈ ਇੱਥੇ, ਮਤਲਬ ਰੀਜ਼ਨੇਬਲ ਸਾਈਜ਼ ਦੀ ਟੀਮ ਹੈ। ਬਟ ਹਾਂ, ਜੇ ਤੁਸੀਂ ਸਾਡੇ ਨੈਟਵਰਕ ਡਿਵੈਲਪਮੈਂਟ ਦੀ ਟੀਮ ਕਹੋ, ਸਾਡੀ ਬੋਂਬੇ 'ਚ ਵੀ ਹੈ, ਹਰਿਆਣਾ 'ਚ ਹੈ, ਦਿੱਲੀ 'ਚ ਹੈ ਅਤੇ ਹੋਰ ਪਾਰਟਸ 'ਚ ਸਾਡੇ ਐਫੀਲੀਏਟਸ ਨੇ ਅਤੇ ਹੋਰ ਕੁਛ ਹੋਰ ਦੇਸ਼ਾਂ 'ਚ ਵੀ ਸਾਡੇ ਮਤਲਬ ਐਫੀਲੀਏਟ ਹੈਗੇ, ਬਟ ਕੋਰ ਟੀਮ ਸਾਡੀ ਪੰਜਾਬ 'ਚ ਹੀ ਹੈ। ਕਿੰਨੀਆਂ ਭਵਿੱਖ ਦੀਆਂ ਯੋਜਨਾਵਾਂ ਕੀ ਨੇ, ਕਿਉਂਕਿ ਆਮ ਤੌਰ 'ਤੇ ਵਿਸ਼ਵ ਪ੍ਰੀਖਿਆ ਦੀ ਤਿਆਰੀ ਬਾਜ਼ਾਰ ਦੇ ਵਿੱਚ ਆਪਣੀ ਭੂਮਿਕਾ ਦਾ ਜਿਹੜਾ ਵਿਸਥਾਰ ਕਰਨਾ, ਤਾਂ ਇਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ? ਬਹੁਤ ਅੱਛਾ ਕੁਸ਼ਚਨ ਹੈ ਤੁਹਾਡਾ। ਮੈਂ ਕਹੂੰਗਾ ਇਹ 'ਚ ਕਿ ਅਸੀਂ ਬਿਲਕੁਲ ਠੀਕ ਟਾਈਮ 'ਤੇ ਆਰਟੀਫਿਸ਼ਲ ਇੰਟੈਲੀਜੈਂਸ 'ਤੇ ਸਾਡੀ ਟੀਮ ਨੇ ਬਹੁਤ ਡੀਪ ਕੰਮ ਕਰਨਾ ਸ਼ੁਰੂ ਕਰਤਾ ਕੁਝ ਸਾਲ ਪਹਿਲਾਂ ਤੋਂ। ਅਤੇ ਹੁਣ ਅੱਜ ਦੀ ਤਰੀਕ 'ਚ ਵੀ ਤੁਸੀਂ ਦੇਖੋ, ਹਰ ਮਹੀਨੇ 5 ਮਿਲੀਅਨ ਮਤਲਬ 50 ਲੱਖ ਜਿਹੜੀਆਂ ਇਵੈਲਿਊਏਸ਼ਨਸ ਨੇ ਇਹਦੀ ਇੰਗਲਿਸ਼ ਟੈਸਟ ਦੀਆਂ, ਹਰ ਮਹੀਨੇ ਏ ਆਈ ਨਾਲ ਸਾਡੇ ਨੈਟਵਰਕ 'ਚ ਹੋ ਰਹੀਆਂ। ਇੱਕ ਦੂਸਰਾ ਜਿਹੜਾ ਸਾਡਾ ਨੈਟਵਰਕ ਹੈ, ਵੈਸੇ ਤਾਂ ਚਲੋ 2000 ਸੈਂਟਰਸ ਦੇ ਆਸ ਪਾਸ ਹੈ, ਬਟ ਜੇ ਸਿਰਫ ਅਸੀਂ ਈ ਐੱਲ ਟੀ ਟੈਸਟ ਜਿਹੜੇ ਇੰਗਲਿਸ਼ ਦੇ ਟੈਸਟ ਨੇ ਉਹ ਵੀ ਅਸੀਂ ਦੇਖੀਏ ਤਾਂ ਸਿਰਫ ਹਿੰਦੁਸਤਾਨ 'ਚ ਹੀ ਨਹੀਂ ਹੈਗੇ 500-600 ਸੈਂਟਰ ਈ ਐੱਲ ਟੀ, ਸਾਡੇ ਕੋਲ ਅਰਾਊਂਡ 200-250 ਸੈਂਟਰਸ ਹੋਰ ਕੰਟਰੀਜ਼ 'ਚ ਵੀ ਨੇ, ਜ਼ਿਆਦਾਤਰ ਸਭ ਕੰਟੀਨੈਂਟ 'ਚ ਨੇ, ਜਿੱਦਾਂ ਨੇਪਾਲ 'ਚ ਹੈ, ਬਾਂਗਲਾਦੇਸ਼ 'ਚ ਨੇ ਅਤੇ ਨੇਬਰਿੰਗ ਕੰਟਰੀਜ਼ 'ਚ ਨੇ। ਫਿਰ ਸਾਡੇ ਕੋਲ ਮਿਡਲ ਈਸਟ 'ਚ ਸਾਡੇ ਕਾਫੀ ਪਾਰਟਨਰ ਸੈਂਟਰਸ ਨੇ ਜਿਹੜੇ ਸਾਡੇ ਟੈਕਨੋਲੋਜੀ ਸਾਡਾ ਕੰਟੈਂਟ ਯੂਜ਼ ਕਰ ਰਹੇ ਹਾਂ। ਅਤੇ ਹੁਣ ਅਸੀਂ ਸਾਰਿਆਂ ਨੂੰ ਇਹਨਾਂ ਨੂੰ ਉੱਥੇ ਕੀ ਹੈ, ਮੋਸਟ ਆਫ ਦਾ ਕੰਟਰੀਜ਼ ਦੇ ਵਿੱਚ ਇੱਕ ਚੀਜ਼ ਤਾਂ ਹੈਗੀ, ਸਪਲਾਈ ਆਫ ਗੁੱਡ ਟੀਚਰਸ, ਇਹਦੀ ਸ਼ੋਰਟੇਜ ਹੁੰਦੀ ਹੈ। ਅਤੇ ਜਿਹੜਾ ਅਸੀਂ ਆਰਟੀਫਿਸ਼ਲ ਇੰਟੈਲੀਜੈਂਸ ਦੇ ਟੂਲਸ ਡਿਵੈਲਪ ਕੀਤੇ ਹੈ ਉਹ ਬਹੁਤ ਜ਼ਿਆਦਾ ਪਾਪੂਲਰ ਹੋ ਰਹੇ ਹੈ, ਅਤੇ ਹੁਣ ਫਰਦਰ ਅਸੀਂ ਉਹਨਾਂ ਨੂੰ ਉੱਥੇ ਮਤਲਬ ਲੈ ਕੇ ਜਾਣਾ। ਬਾਕੀ ਅਤੇ ਬਾਕੀ ਜਿਸ ਤਰ੍ਹਾਂ ਹੁਣ ਇੰਡੀਆ ਦੇ ਵਿੱਚ ਵੀ ਮੈਂ ਜ਼ਿਆਦਾ ਪਲੇਅਰਸ ਦਾ ਤਾਂ ਕੀ ਨਾਮ ਲਊਂਗਾ, ਤੁਸੀਂ ਈਵਨ ਟਾਟਾ ਟੈਸਟ ਪ੍ਰੈਪ .com ਖੋਲ੍ਹ ਕੇ ਦੇਖੋ, ਤੁਹਾਨੂੰ ਪਤਾ ਲੱਗੂਗਾ ਕਿ ਉਹ ਵੀ ਐਡੀ ਵੱਡੀ ਔਰਗਨਾਈਜੇਸ਼ਨ ਦੀ ਜਿਹੜੀ ਟੈਸਟ ਪ੍ਰੈਪ ਦਾ ਵਰਟੀਕਲ ਹੈ ਉਹ ਵੀ TCY ਔਨਲਾਈਨ ਤੋਂ ਹੀ ਪਾਵਰਡ ਹੈ। ਅਤੇ ਇਸ ਤਰ੍ਹਾਂ ਹੀ ਵਿਦਆਊਟ ਮੈਂਸ਼ਨਿੰਗ ਨੇਮਸ, ਕੋਈ ਵੀ ਤੁਸੀਂ ਇੰਡੀਆ ਦੀ ਮੇਜਰ ਇੱਦਾਂ ਦੀ ਟੈਸਟ ਪ੍ਰੈਪ ਦੀ ਕੰਪਨੀ ਜਿਹੜੀ ਖਾਸ ਕਰ ਇੰਗਲਿਸ਼ ਲੈਂਗੁਏਜ ਦੇ ਟੈਸਟ ਪ੍ਰਪੇਅਰ ਕਰਾ ਰਹੀ ਹੈ, ਉਹਦਾ ਪਿੱਛੇ ਇੰਜਨ TCY ਹੀ ਹੈ।